खालड़ा मिशन ऑर्गेनाइजेशन वालों भंडारी पुल से मंगा नूं लैके लगाया गया धरना। पत्रकारों नाल गलबात करते हुए एडवोकेट जगदीप सिंह रंधावा ने कहा कि एजेंसियों वालों सिखां दीआं नाजायज़ गिरफ्तारियों के विरुद्ध रोस विखावा किया गया, जिस विच मंग की गई कि सरकार घट गिणतियों दबाने की कोशिश कर रही है। अमृतसर तो गुरमीत राजा की रिपोर्ट, लाइव भारत। दास एडवोकेट जगदीप सिंह रंधावा, खालड़ा मिशन ऑर्गेनाइजेशन। ये देखो जी, अज असी इत्थे रोस प्रदर्शन करने लिए इकट्ठे हुए हैं। पिछले दिन पटियाले दे विच बीबी जसबीर कौर जिहड़े ने उन्हां नूं कोई खालिस्तान दे पैंफलेट कोई फॉर्म वंडन दे जुर्म दे विच गिरफ्तार किया गया। असी उहदा रोस प्रदर्शन कर रहे हैं भी ये जिहड़ा कोई भी इन्हां दी जिहड़ी गिरफ्तारी हुई है बीबी जसबीर कौर दी, ये बिल्कुल गलत गिरफ्तारी हुई है। तो उन्होंने तुरंत रिहा कर देना चाहिए, तो नाल UAPA वर्गे काले कानून जिहड़े आ ਉਹ ਵੀ ਜਿਹੜੇ ਰੱਦ ਕਰਨੇ ਚਾਹੀਦੇ ਆ। ਅਗਰ ਆਪਾਂ ਆਪਣੇ ਆਪ ਨੂੰ 21ਵੀਂ ਸਦੀ ਦੇ ਵਸਨੀਕ ਕਹਿੰਦੇ ਹਾਂ, ਅਗਰ ਆਪਾਂ ਆਪਣੇ ਆਪ ਨੂੰ ਮਚਿਓਰ ਡੈਮੋਕ੍ਰੇਸੀ ਕਹਿੰਦੇ ਹਾਂ, ਤਾਂ ਫਿਰ ਸਾਨੂੰ ਕੀ ਗੱਲ ਆ, ਬੋਲਣ ਦਾ ਅਧਿਕਾਰ ਕਿਉਂ ਨਹੀਂ ਹੈਗਾ? ਕੋਈ ਆਪਣੀ ਵੱਖਰੀ ਸਟੇਟ ਮੰਗ ਕਰ ਰਿਹਾ ਵਾ, ਕੋਈ ਆਪਣਾ ਵੱਖਰਾ ਪੋਲੀਟੀਕਲ ਟੈਰੀਟਰੀ ਮੰਗ ਕਰ ਰਿਹਾ ਵਾ, ਅਤੇ ਇਹਦੇ ਵਿੱਚ ਕੀ ਕੋਈ ਗਲਤ ਕਰ ਰਿਹਾ? ਕੀ ਕੈਨੇਡਾ ਦੇ ਵਿੱਚ ਕਿਊਬਕ ਸਟੇਟ ਦੇ ਲੋਕਾਂ ਨੇ ਆਪਣਾ ਨਹੀਂ ਆਜ਼ਾਦੀ ਮੰਗੀ? ਕੀ ਉੱਥੋਂ ਦੇ ਕੈਨੇਡਾ ਸਰਕਾਰ ਨੇ ਉਹਨਾਂ 'ਤੇ UAPA ਵਰਗੇ ਕਾਨੂੰਨ ਲਾ ਦਿੱਤੇ? ਕੀ ਸਪੇਨ ਦੇ ਕੈਟਲੀਜਾਂ ਦੇ ਵਿੱਚ ਲੋਕਾਂ ਨੇ ਆਜ਼ਾਦੀ ਨਹੀਂ ਮੰਗੀ? ਕੀ ਉੱਥੋਂ ਦੇ ਲੋਕਾਂ ਦੇ UAPA ਲਾ ਦਿੱਤੇ ਗਏ ਆ? ਇਹ ਹਿੰਦੁਸਤਾਨ ਦੇ ਦੰਦ ਦਿਖਾਉਣ ਨੂੰ ਹੋਰ ਅਤੇ ਖਾਣ ਨੂੰ ਹੋਰ ਨੇ, ਇਹ ਸਿਰਫ ਘੱਟ ਗਿਣਤੀਆਂ ਨੂੰ ਦਲੜਨਾ ਚਾਹੁੰਦੇ ਨੇ। ਇਹ ਘੱਟ ਗਿਣਤੀਆਂ ਨੂੰ ਇਸੇ ਕਰਕੇ ਦਬਾਇਆ ਜਾ ਰਿਹਾ ਕਿਉਂਕਿ ਕੋਈ ਵੀ ਸਟੇਟ ਜਿਹੜੀ ਆ ਉਹ ਇਹ ਨਹੀਂ ਚਾਹੁੰਦੀ ਹੁੰਦੀ, ਉਹ ਆਪਣੀ ਝੂਠੀ ਇੰਟੈਗ੍ਰਿਟੀ ਵਾਸਤੇ ਅਤੇ ਝੂਠੀ ਸੋਵਰੇਨਿਟੀ ਵਾਸਤੇ ਘੱਟ ਗਿਣਤੀਆਂ ਨੂੰ ਜਿਹੜਾ ਉਹ ਦਬਾ ਕੇ ਰੱਖਣਾ ਚਾਹੁੰਦੇ ਆ। ਔਰ ਘੱਟ ਗਿਣਤੀਆਂ ਨੂੰ ਦਬਾ ਕੇ ਰੱਖਣ ਦੇ ਚਾਹੁਣ ਦੇ ਨਾਲ ਹੀ ਉਹ ਇਹ ਸਾਰਾ ਮਨੁਵਾਦੀ ਧਿਰਾਂ ਜਿਹੜੀਆਂ ਇਹ ਕਰ ਰਹੀਆਂ, ਕਿਉਂਕਿ ਮਨੁਵਾਦੀ ਧਿਰਾਂ ਦਾ ਇੱਕੋ ਮਕਸਦ ਆ, ਇੱਕ ਦੇਸ਼ ਇੱਕ ਬੋਲੀ, ਇੱਕ ਦੇਸ਼ ਇੱਕ ਧਰਮ, ਇੱਕ ਦੇਸ਼ ਇੱਕ ਕਾਨੂੰਨ। ਔਰ ਇਹੀ ਚੀਜ਼ ਦਾ ਬਹੁਤ ਖਤਰਾ, ਔਰ ਇਹੀ ਚੀਜ਼ ਸਾਨੂੰ ਲੈ ਕੇ ਜਿਹੜੀ ਡੁੱਬੇਗੀ, ਔਰ ਇਹੀ ਚੀਜ਼ ਜਿਹੜੀ ਆ ਉਹਦੇ ਖਿਲਾਫ਼ ਸਾਡੀ ਆਵਾਜ਼ ਬੁਲੰਦ ਰਹੇਗੀ ਕਿ ਅਸੀਂ ਇਹ ਜਿਹੜਾ ਹਿੰਦੁਸਤਾਨ ਆ, ਇਹ ਇੱਕ ਵੱਖਰੇ ਵੱਖਰੇ ਭਾਸ਼ਾਵਾਂ ਦਾ, ਵੱਖਰੇ ਵੱਖਰੇ ਕਲਚਰ ਦਾ ਗੁਲਦਸਤਾ ਵਾ। ਇੱਥੇ ਜੇ ਕੋਈ ਜੋ ਬੰਦਾ ਜੋ ਚਾਹ ਰਿਹਾ ਉਹਨੂੰ ਮਿਲਣਾ ਚਾਹੀਦਾ, ਇੱਥੇ ਰੈਫਰੈਂਡਮ ਹੋਣੇ ਚਾਹੀਦੇ ਨੇ, ਇੱਥੇ ਇਲੈਕਸ਼ਨ ਹੋਣੀ ਚਾਹੀਦੀ ਹੈ, ਕਸ਼ਮੀਰ ਦੇ ਵਿੱਚ ਵੀ ਰੈਫਰੈਂਡਮ ਹੋਣਾ ਚਾਹੀਦਾ, ਪੰਜਾਬ ਦੇ ਵਿੱਚ ਵੀ ਰੈਫਰੈਂਡਮ ਹੋਣਾ ਚਾਹੀਦਾ। ਔਰ ਨਾਲ ਇਹ ਸਾਰਾ ਰੈਫਰੈਂਡਮ ਹੋ ਕੇ ਜਿਹੜਾ ਉਹ ਉਹਦੀ ਹਰ ਕਿਸੇ ਨੂੰ ਵੋਟ ਪਾਉਣ ਦਾ ਹੱਕ ਹੋਣਾ ਚਾਹੀਦਾ ਕਿ ਅਗਰ ਲੋਕਤੰਤਰ ਦੇ ਵਿੱਚ ਆਪਣੀ ਜ਼ਿੰਦਗੀ ਵਧੀਆ ਜੀ ਸਕੇ ਅਤੇ ਜੋ ਇਨਸਾਨ ਚਾਹੁੰਦਾ ਉਹ ਕਰ ਸਕੇ। ਹਾਂਜੀ, ਅੱਜ ਸਾਡਾ ਧਰਨਾ ਇੱਥੇ ਚੱਲ ਰਿਹਾ ਜੀ, ਅਤੇ ਇਸ ਤੋਂ ਬਾਅਦ ਅਸੀਂ ਜਿਹੜਾ ਅਗਲੇ ਧਰਨੇ ਵਾਸਤੇ ਜਿੰਨਾ ਚਿਰ ਤੱਕ ਜਸਬੀਰ ਕੌਰ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਨ੍ਹਾਂ ਚਿਰ ਤੱਕ ਅਸੀਂ ਜਿਹੜਾ ਲਗਾਤਾਰ ਧਰਨੇ ਜਿਹੜੇ ਆ ਉਹ ਕਰਦੇ ਰਹਾਂਗੇ। ਧਰਨਾ ਕਿੱਥੇ ਲਗਾਇਆ ਗਿਆ? ਅੱਜ ਧਰਨਾ ਭੰਡਾਰੀ ਪੁਲ 'ਤੇ ਲਗਾਇਆ ਗਿਆ। ਵਾਹਿਗੁਰੂ ਜੀ ਕੀ ਫਤਿਹ। ਬਾਬਾ ਦਰਸ਼ਨ ਸਿੰਘ, ਚੇਅਰਮੈਨ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਪੰਜਾਬ ਆਲ ਇੰਡੀਆ, ਜੋ ਅੱਜ ਦਾ ਰੋਸ ਧਰਨਾ ਹੈ ਉਹ ਇਸ ਜ਼ਾਲਮ ਸਰਕਾਰ ਦੇ ਵਿਰੁੱਧ, ਜੋ UAPA ਕਾਲੇ ਕਾਨੂੰਨ ਬਣਾਏ ਹਨ, ਬੱਚਿਆਂ ਦੀ ਨੌਜਵਾਨਾਂ ਦੀ ਫੜੋ ਫੜੀ ਜਾਰੀ, ਝੂਠੇ ਪਰਚੇ ਦਰਜ ਕਰਨੇ, ਅੱਜ ਇੱਕ ਪਾਸੇ ਜ਼ਾਲਮ ਸਰਕਾਰ ਨਵੇਂ ਸਾਲ ਦਾ ਜਸ਼ਨ ਮਨਾ ਰਹੀਆਂ ਹਨ, ਕੁਝ ਅੱਜ ਜਸ਼ਨ ਮਨਾਉਣ ਦੇ ਇਹਨਾਂ ਨੂੰ ਕਾਲੇ ਕਾਨੂੰਨ ਵਾਪਸ ਕਰਕੇ ਕਾਲੇ ਆਪਣੇ ਇਸ਼ਤਿਹਾਰ ਲੈ ਕੇ ਇਹਨਾਂ ਨਾਲ ਪਿੱਟ ਸਿਆਪਾ ਕਰ ਰਹੇ ਹਨ ਸੈਂਟਰ ਗੌਰਮੈਂਟ ਦਾ, ਖਾਸ ਕਰਕੇ ਪੰਜਾਬ ਗੌਰਮੈਂਟ ਦਾ, ਕਿਉਂਕਿ ਅੱਜ ਤੱਕ ਇਹਨਾਂ ਨੇ ਇਨਸਾਫ ਨਹੀਂ ਦਿੱਤਾ ਮਨੁੱਖੀ ਅਧਿਕਾਰਾਂ ਜਿੱਥੇ ਵੀ ਹੋਈ ਲੰਘਣਾ ਹੀ ਹੋਈ। ਅੱਜ ਦਾ ਜਿਹੜਾ ਧਰਨਾ ਹੈ ਇਹ ਖਾਸ ਕਰਕੇ ਖਾੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਸੰਗਠਨ, ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਵੱਲੋਂ ਮਨੁੱਖੀ ਅਧਿਕਾਰਾਂ ਦੀ ਪਾਲਣਾ ਵਾਸਤੇ ਇਹ ਧਰਨਾ ਦਿੱਤਾ ਗਿਆ ਹੈ, ਤਾਂ ਕਿ ਅੰਨੀ ਬੋਲੀ ਸਰਕਾਰ ਤੱਕ ਇਹ ਆਵਾਜ਼ ਪਹੁੰਚੇ, ਕਿਉਂਕਿ UAPA ਜਿਹੜੇ ਕਾਨੂੰਨ ਕਾਲੇ ਹਨ ਵਾਪਸ ਕੀਤੇ ਜਾਣ, ਵਾਪਸ ਲਏ ਜਾਣ। ਜਸਬੀਰ ਕੌਰ ਜਿਹੜੀ ਪਟਿਆਲੇ ਤੋਂ ਨਾਲ ਉਹਦੇ ਬੱਚਿਆਂ ਨੂੰ ਫੜਿਆ ਗਿਆ ਹੈ ਜਾਂ ਭਰਾਵਾਂ ਨੂੰ ਫੜਿਆ ਗਿਆ ਹੈ, ਝੂਠੇ ਪਰਚੇ ਦੇ ਜਿਹੜੇ ਕਿ ਦਰਜ ਕੀਤੇ ਰੱਦ ਕੀਤੇ ਜਾਣ। ਸਾਡੇ ਜਿਹੜੇ ਸਿਆਸੀ ਸਿੱਖ ਕੈਦੀ ਹਨ, ਜਥੇਦਾਰ ਹਵਾਰਾ ਜਿਹੜੇ ਆਪਣੀ ਸਜ਼ਾਵਾਂ ਭੁਗ ਚੁੱਕੇ ਹਨ, ਉਹਨਾਂ ਨੂੰ ਰਿਹਾਅ ਕੀਤਾ ਜਾਵੇ ਤਾਂ ਕਿ ਮਨੁੱਖੀ ਅਧਿਕਾਰਾਂ ਦੀ ਪਾਲਣਾ ਹੋ ਸਕੇ। 1984 ਦੇ ਵਿੱਚ ਇਹਨਾਂ ਨੇ, ਮਨੁਵਾਦੀਆਂ ਨੇ ਜ਼ਾਲਮਾਨਾ ਹਮਲਾ ਕਰਕੇ ਦਰਬਾਰ ਸਾਹਿਬ 'ਤੇ ਅਨੇਕਾਂ ਸਿੰਘ ਸ਼ਹੀਦ ਕਰ ਦਿੱਤੇ, ਪਰ ਉਹਦਾ ਖਮਿਆਜ਼ਾ ਇਹਨਾਂ ਨੂੰ ਭੁਗਤਣਾ ਪਿਆ। ਇਹਨਾਂ ਨੇ ਆਪਣਾ ਇੱਕ ਲੀਡਰ ਗਵਾ ਲਿਆ, ਜਿਹਦੇ ਨਾਲ ਫਿਰ
सिखां दा नुकसान होया, पर असी नहीं चाहते शांति नाल रहना चाहते हाँ। जे इन्हां ने रखना है नहीं तो साडा पछाक दी घर अलग कर दिता जाए, सानू कोई इतराज़ नहीं होगा। जे रहना है तो बराबर के शहरी बन के गुलाम बन के नहीं, ना झूठे परचे दर्ज कराने हैं ना होने देने हैं। इस करके ये बोली सरकार तक आवाज़ पहुँचाई जाए कि मनुखी अधिकारां दी राखी की जाए और पालना की जाए। ये जरा ये जी आवाज़ हर तक पहुँचनी चाहिए है। ये जश्न मना रहे नवें साल का सानू कोई शौक नहीं। खालसे का जरा नवा साल एक चेतन आरंभ होता है। ये असी समाजिक तौर पर कानूनी तौर पर सहमत हाँ कि नवा साल शुरू होया, पर ये जश्न मना का कोई फायदा नहीं। जिन्ना चिर तक जश्न उत्थे मनाए जाते हैं जिते हर एक बराबरता हो, हर एक बराबरता नहीं, जुल्म हो रहा है। शुरू तो घट गिनतियां के नाल सिखां दे नाल मुसलमान नाल क्रिश्चन धर्म ईसाइयों के नाल धक्केशाही हो रही है। गुरु साहब दीआं बेअदबियां करन ते करवाउण वाले अजे तक दोषी नहीं फड़े गए। 3,000 करोड़ की जिहड़ा नशा वह फड़ा गया, दोषी बाहर फिर रहे हैं। पर सत्यम ज्वेलरी हाउस की ओर से सभी शहर वासियों को नववर्ष की हार्दिक शुभकामनाएं। द परफेक्ट डेस्टिनेशन फॉर डायमंड ज्वेलरी।